इलाके च फोका रोब मारन दे लई बिल्डरां दे मुंडे ने अपनी गड्डियां दे उत्ते एमएलए दा जाली स्टिकर लगाया। गेड़ियां मार रहे सी, गाने लगा के उची उची थार दे विच अते फॉर्चूनर दे विच। तां पुलिस नूं किसे ने तलाह कीती, पुलिस दे वल्लों एक्शन लैंदे होए गड्डियां समेत मुंडे भी चक ले गए ते इन्हां नूं हुण गिरफ्तार कर लिया है ते मामला भी दर्ज कर लिया ते इह छानबीन कीती जा रही है कि इन्हां दे कोल इह जाली स्टिकर आखिरकार आए कित्थों। ਤਾਂ ਵਿਧਾਇਕ ਅਤੇ ਬਾਰ ਕੌਂਸਲ ਦਿੱਲੀ ਦਾ ਸਟੀਕਰ ਲਗਾ ਕੇ ਇਲਾਕੇ ਦੇ ਵਿੱਚ ਫੋਕੀ ਟੌਰ ਮਾਰ ਰਹੇ ਸੀ, ਪੁਲਿਸ ਦੇ ਹੱਥੇ ਚੜ ਗਏ ਨੇ। ਤਿੰਨ ਆਰੋਪੀ ਨੇ ਇਹ ਜਿਨ੍ਹਾਂ ਨੂੰ ਕਿ ਗੱਡੀਆਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ। ਦੱਸ ਦਈਏ ਕਿ ਮਾਮਲਾ ਲੁਧਿਆਣਾ ਦੇ ਥਾਣਾ ਨੰਬਰ ਡਿਵੀਜ਼ਨ ਅਧੀਨ ਪੈਂਦੇ 32 ਸੈਕਟਰ ਦਾ ਹੈ, ਜਿੱਥੇ ਇਹ ਨੌਜਵਾਨ ਗੇੜੀਆਂ ਮਾਰ ਰਹੇ ਸੀ। ਇਹਨਾਂ ਅਮੀਰਜ਼ਾਦਿਆਂ ਵੱਲੋਂ ਆਪਣੀ ਗੱਡੀ 'ਤੇ ਐਮਐਲਏ ਦਾ ਜਾਲੀ ਸਟੀਕਰ ਲਗਾ ਕੇ ਆਪਣੇ ਇਲਾਕੇ ਦੇ ਵਿੱਚ ਫੋਕੀ ਟੌਰ ਬਣਾਈ ਜਾ ਰਹੀ ਸੀ। ਤਾਂ ਕਿਸੇ ਨੇ ਪੁਲਿਸ ਨੂੰ ਇਤਲਾਹ ਕੀਤੀ, ਪੁਲਿਸ ਨੇ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸ ਦਈਏ ਕਿ ਐਮਐਲਏ ਦਿਆਲਪੁਰਾ ਦਾ ਇਹਨਾਂ ਦੇ ਵੱਲੋਂ ਆਪਣੀ ਗੱਡੀ 'ਤੇ ਸਟੀਕਰ ਲਗਾਇਆ ਗਿਆ, ਪਰ ਇਹ ਸਟੀਕਰ ਦੇਖਣ ਦੇ ਵਿੱਚ ਅਸਲੀ ਸੀ ਪਰ ਹੈ ਜਾਲੀ। ਅਤੇ ਹੁਣ ਪੁਲਿਸ ਇਸ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਆਖਿਰਕਾਰ ਇਹਨਾਂ ਅਮੀਰਜ਼ਾਦਿਆਂ ਦੇ ਕੋਲ ਇਹ ਸਟੀਕਰ ਆਇਆ ਕਿੱਥੋਂ ਅਤੇ ਇਹਨਾਂ ਨੇ ਬਾਰ ਕੌਂਸਲ ਦਿੱਲੀ ਦਾ ਵੀ ਆਪਣੀ ਗੱਡੀ 'ਤੇ ਸਟੀਕਰ ਲਗਾਇਆ ਹੋਇਆ ਸੀ। ਕੀ ਮਾਮਲਾ ਕੀ ਸਟੀਕਰ? ਉਹ ਬਾਈ ਜੀ ਕਹਿੰਦਾ ਜਸਨਪ੍ਰੀਤ ਸਿੰਘ ਮੁੰਡਾ ਅਤੇ ਦੂਜੇ ਹੈਗੇ ਨੇ ਰੋਹਨ ਧਵਨ, ਇਹਨਾਂ ਨੇ ਆਪਣੇ ਗੱਡੀਆਂ 'ਤੇ ਐਮਐਲਏ ਸਾਹਿਬ ਦਾ ਅਤੇ ਦਿੱਲੀ ਬਾਰ ਐਸੋਸੀਏਸ਼ਨ ਦੇ ਨਾ ਹਾਈ ਕੋਰਟ ਦੇ ਜਾਲੀ ਸਟਿੱਕਰ ਲਗਾਏ ਸੀਗੇ। ਉਹ ਖੁਫੀਆ ਸੂਚਨਾ ਮਿਲੀ ਸੀਗੀ ਵੀ ਇਹ ਗੱਡੀ ਲੈ ਘੁੰਮਦੇ ਪਏ ਨੇ 32 ਸੈਕਟਰ 'ਚ। ਮੌਕੇ 'ਤੇ ਇੱਕ ਗੱਡੀ ਕਾਬੂ ਕਰਕੇ ਥਾਰ ਗੱਡੀ, ਦੂਸਰੀ ਗੱਡੀ ਤੋਂ ਘਰੋਂ ਬਰਾਮਦ ਕਰਾ ਲਈ ਦੋਸ਼ੀਆਂ ਦੇ। ਬਾਕੀ ਇਹ ਪੜਤਾਲ ਜਾਰੀ ਹੈ, ਦੇਖਦੇ ਕਿੱਥੋਂ ਲੈ ਕੇ ਆਏ ਨੇ, ਕਿਹਨੇ ਲਗਵਾਏ ਨੇ ਸਟਿੱਕਰ। ਨਹੀਂ ਫਿਲਹਾਲ ਕੋਈ ਇਹਦੀ ਗੱਲ ਸਾਹਮਣੇ ਨਹੀਂ ਹੈ, ਤਾਂ ਅੱਜ ਅਰੈਸਟ ਪਾਇਆ। ਸਰ ਲਗਾਏ ਕਿਉਂ ਕਿਸੇ ਇਹਨਾਂ ਨੇ, ਕੀ ਕਾਰਨ? ਦੇਖੋ ਨਵੇਂ ਨੌਜਵਾਨ ਮੁੰਡੇ ਜਾਂ ਤਾਂ ਟੌਰ ਵਾਸਤੇ ਹੀ ਕਹਿ ਲਓ ਜਾਂ ਕਿਸੇ ਨੂੰ ਪ੍ਰੈਸ਼ਰ ਪਾਉਣ ਵਾਸਤੇ, ਫਿਲਹਾਲ ਤਾਂ ਸੂਚਨਾ ਇਹ ਸੀ ਵੀ ਇਹ ਦਬਾਅ ਬਣਾਉਣ ਵਾਸਤੇ ਆਮ ਪਬਲਿਕ 'ਤੇ। ਕਿੰਨੇ ਬੰਦੇ ਸੀ ਇਹ? ਟੋਟਲ 3 ਬੰਦੇ ਸੀ। ਕਿੰਨੀਆਂ ਗੱਡੀਆਂ ਫੜੀਆਂ? 2 ਗੱਡੀਆਂ ਬਰਾਮਦ ਕਰ ਲਈਆਂ, 1 ਗੱਡੀ ਬਾਕੀ। ਇਹ ਥਾਣਾ ਡਿਵੀਜ਼ਨ 7 ਦਾ ਮਾਮਲਾ ਜੀ। ਠੀਕ, ਓਕੇ ਜੀ। ਇਲਾਕੇ 'ਚ ਫੋਕਾ ਰੋਬ ਮਾਰਨ ਦੇ ਲਈ ਬਿਲਡਰਾਂ ਦੇ ਮੁੰਡੇ ਨੇ ਆਪਣੀ ਗੱਡੀਆਂ ਦੇ ਉੱਤੇ ਐਮਐਲਏ ਦਾ ਜਾਲੀ ਸਟਿੱਕਰ ਲਗਾਇਆ। ਗੇੜੀਆਂ ਮਾਰ ਰਹੇ ਸੀ, ਗਾਣੇ ਲਗਾ ਕੇ ਉੱਚੀ ਉੱਚੀ ਥਾਰ ਦੇ ਵਿੱਚ ਅਤੇ ਫੋਰਚੂਨਰ ਦੇ ਵਿੱਚ। ਤਾਂ ਪੁਲਿਸ ਨੂੰ ਕਿਸੇ ਨੇ ਇਤਲਾਹ ਕੀਤੀ, ਪੁਲਿਸ ਦੇ ਵੱਲੋਂ ਐਕਸ਼ਨ ਲੈਂਦੇ ਹੋਏ ਗੱਡੀਆਂ ਸਮੇਤ ਮੁੰਡੇ ਵੀ ਚੱਕ ਲਏ ਗਏ ਅਤੇ ਇਹਨਾਂ ਨੂੰ ਹੁਣ ਗ੍ਰਿਫਤਾਰ ਕਰ ਲਿਆ ਹੈ ਅਤੇ ਮਾਮਲਾ ਵੀ ਦਰਜ ਕਰ ਲਿਆ ਅਤੇ ਇਹ ਛਾਨਬੀਨ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਕੋਲ ਇਹ ਜਾਲੀ ਸਟਿੱਕਰ ਆਖਿਰਕਾਰ ਆਏ ਕਿੱਥੋਂ। ਤਾਂ ਵਿਧਾਇਕ ਅਤੇ ਬਾਰ ਕੌਂਸਲ ਦਿੱਲੀ ਦਾ ਸਟੀਕਰ ਲਗਾ ਕੇ ਇਲਾਕੇ ਦੇ ਵਿੱਚ ਫੋਕੀ ਟੌਰ ਮਾਰ ਰਹੇ ਸੀ, ਪੁਲਿਸ ਦੇ ਹੱਥੇ ਚੜ ਗਏ ਨੇ। ਤਿੰਨ ਆਰੋਪੀ ਨੇ ਇਹ ਜਿਨ੍ਹਾਂ ਨੂੰ ਕਿ ਗੱਡੀਆਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ। ਦੱਸ ਦਈਏ ਕਿ ਮਾਮਲਾ ਲੁਧਿਆਣਾ ਦੇ ਥਾਣਾ ਨੰਬਰ ਡਿਵੀਜ਼ਨ ਅਧੀਨ ਪੈਂਦੇ 32 ਸੈਕਟਰ ਦਾ ਹੈ, ਜਿੱਥੇ ਇਹ ਨੌਜਵਾਨ ਗੇੜੀਆਂ ਮਾਰ ਰਹੇ ਸੀ। ਇਹਨਾਂ ਅਮੀਰਜ਼ਾਦਿਆਂ ਵੱਲੋਂ ਆਪਣੀ ਗੱਡੀ 'ਤੇ ਐਮਐਲਏ ਦਾ ਜਾਲੀ ਸਟੀਕਰ ਲਗਾ ਕੇ ਆਪਣੇ ਇਲਾਕੇ ਦੇ ਵਿੱਚ ਫੋਕੀ ਟੌਰ ਬਣਾਈ ਜਾ ਰਹੀ ਸੀ। ਤਾਂ ਕਿਸੇ ਨੇ ਪੁਲਿਸ ਨੂੰ ਇਤਲਾਹ ਕੀਤੀ, ਪੁਲਿਸ ਨੇ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸ ਦਈਏ ਕਿ ਐਮਐਲਏ ਦਿਆਲਪੁਰਾ ਦਾ ਇਹਨਾਂ ਦੇ ਵੱਲੋਂ ਆਪਣੀ ਗੱਡੀ 'ਤੇ ਸਟੀਕਰ ਲਗਾਇਆ ਗਿਆ, ਪਰ ਇਹ ਸਟੀਕਰ ਦੇਖਣ ਦੇ ਵਿੱਚ ਅਸਲੀ ਸੀ ਪਰ ਹੈ ਜਾਲੀ। ਅਤੇ ਹੁਣ ਪੁਲਿਸ ਇਸ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਆਖਿਰਕਾਰ ਇਹਨਾਂ ਅਮੀਰਜ਼ਾਦਿਆਂ ਦੇ ਕੋਲ ਇਹ ਸਟੀਕਰ ਆਇਆ ਕਿੱਥੋਂ ਅਤੇ ਇਹਨਾਂ ਨੇ ਬਾਰ ਕੌਂਸਲ ਦਿੱਲੀ ਦਾ ਵੀ ਆਪਣੀ ਗੱਡੀ 'ਤੇ ਸਟੀਕਰ ਲਗਾਇਆ ਹੋਇਆ ਸੀ। ਕੀ ਮਾਮਲਾ ਕੀ ਸਟੀਕਰ? ਉਹ ਬਾਈ ਜੀ ਕਹਿੰਦਾ ਜਸਨਪ੍ਰੀਤ ਸਿੰਘ ਮੁੰਡਾ ਅਤੇ ਦੂਜੇ ਹੈਗੇ ਨੇ ਰੋਹਨ ਧਵਨ, ਇਹਨਾਂ ਨੇ ਆਪਣੇ ਗੱਡੀਆਂ 'ਤੇ ਐਮਐਲਏ ਸਾਹਿਬ ਦਾ ਅਤੇ ਦਿੱਲੀ ਬਾਰ ਐਸੋਸੀਏਸ਼ਨ ਦੇ ਨਾ ਹਾਈ ਕੋਰਟ ਦੇ ਜਾਲੀ ਸਟਿੱਕਰ ਲਗਾਏ ਸੀਗੇ। ਉਹ ਖੁਫੀਆ ਸੂਚਨਾ ਮਿਲੀ ਸੀਗੀ ਵੀ ਇਹ ਗੱਡੀ ਲੈ ਕੇ ਘੁੰਮਦੇ ਪਏ ਨੇ 32 ਸੈਕਟਰ 'ਚ। ਮੌਕੇ 'ਤੇ ਇੱਕ ਗੱਡੀ ਕਾਬੂ ਕਰਕੇ ਥਾਰ ਗੱਡੀ, ਦੂਸਰੀ ਗੱਡੀ ਤੋਂ ਘਰੋਂ ਬਰਾਮਦ ਕਰਾ ਲਈ ਦੋਸ਼ੀਆਂ ਦੇ। ਬਾਕੀ ਇਹ ਪੜਤਾਲ ਜਾਰੀ ਹੈ, ਦੇਖਦੇ ਕਿੱਥੋਂ ਲੈ ਕੇ ਆਏ ਨੇ, ਕਿਹਨੇ ਲਗਵਾਏ ਨੇ ਸਟਿੱਕਰ। ਨਹੀਂ ਫਿਲਹਾਲ ਕੋਈ ਇਹਦੀ ਗੱਲ ਸਾਹਮਣੇ ਨਹੀਂ ਹੈਗੀ, ਤਾਂ ਅੱਜ ਅਰੈਸਟ ਪਾਇਆ। ਸਰ ਲਗਾਏ ਕਿਉਂ ਕਿਸੇ ਇਹਨਾਂ ਨੇ, ਕੀ ਕਾਰਨ? ਦੇਖੋ ਨਵੇਂ ਨੌਜਵਾਨ ਮੁੰਡੇ ਜਾਂ ਤਾਂ ਟੌਰ ਵਾਸਤੇ ਹੀ ਕਹਿ ਲਓ ਜਾਂ ਕਿਸੇ ਨੂੰ ਪ੍ਰੈਸ਼ਰ ਪਾਉਣ ਵਾਸਤੇ, ਫਿਲਹਾਲ ਤਾਂ ਸੂਚਨਾ ਇਹ ਸੀ ਵੀ ਇਹ ਦਬਾਅ ਬਣਾਉਣ ਵਾਸਤੇ ਆਮ ਪਬਲਿਕ 'ਤੇ। ਕਿੰਨੇ ਬੰਦੇ ਸੀ ਇਹ? ਟੋਟਲ 3 ਬੰਦੇ ਸੀ। ਕਿੰਨੀਆਂ ਗੱਡੀਆਂ ਫੜੀਆਂ? 2 ਗੱਡੀਆਂ ਬਰਾਮਦ ਕਰ ਲਈਆਂ, 1 ਗੱਡੀ ਬਾਕੀ। ਇਹ ਥਾਣਾ ਡਿਵੀਜ਼ਨ 7 ਦਾ ਮਾਮਲਾ ਜੀ। ਠੀਕ, ਓਕੇ ਜੀ।